ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਆਪਾਂ ਆਪਣੇ ਜਾਣ ਦੀ ਤਿਆਰੀ ਕਰ ਲਈ ਹੈ ਟਾਈਮ ਹੋ ਗਿਆ ਜਿਹੜਾ 5:30 ਦਾ ਹੋ ਗਿਆ ਤੇ ਅਸੀਂ ਕਿਤੇ ਜਾ ਰਹੇ ਹਾਂਗੇ ਅਸੀਂ ਜਾ ਰਹੇ ਹਾਂ ਮੇਰੇ ਨਾਨਾਣ ਕੋਲੇ ਆਪਾਂ ਪਹਿਲਾਂ ਵੀ ਇੱਕ ਵਾਰੀ ਉੱਥੇ ਗਿਆਂਗੇ ਮੈਂ ਪਿੰਡ ਦਾ ਨਾਮ ਨਹੀਂ ਦੱਸੂੰਗੀ ਤੁਸੀਂ ਗੈਸ ਕਰ ਲਿਓ ਠੀਕ ਹੈ ਵੀ ਕਿਹੜੇ ਪਿੰਡ ਜਾ ਰਹੇ ਆਪਾਂ पहली गल तो यह है मेरा कोई भी सूट है जो प्रेस नहीं है मजबूरी च मैं यही सूट पाया दूजी गल ए है मैं सूट आपके बनवा लेने पर अभी कॉटन का कढ़ाई वाला कोई सूट मैं रेडी नहीं करवाया दो तीन अपने वास्ते रेडी करवाए थे मैं वीडियो से दिखा दी हूँ भैन एक मिनट च दीदी आप मैं नहीं पता कुछ मर्जी करो तुम होर करवा लो सानू दे दो रेडी करवाया सानू दे दो चला जाता जी फिर जेडे कस्टमर होंगे ने है ना पहला तो अपना को कपड़े का ऑर्डर आते हैं वो कहें सानू यही दो इस करके हम मेरे को कॉटन का कोई भी सूट नहीं पहले तो ना मैं इधरों आऊँ सारा आपके 5-6 सूट कट्ठे कॉटन के रेडी करवाऊंगा आही सूट पाया मैं अच्छे ये मैं पता लिया लो जी आप तैयार हो गया तो मैं लोग बुलाया डैड जी अंदर लॉक ला दियो जाली ला देखो रिश्तेदार जानता भी नहीं रजिस्टर चक्के ऑर्डर आला हजे भी ਨਾਲ ਕਸਟਮਰ ਵਾਲਾ ਫੋਨ ਵੀ ਉੱਥੇ ਬੈਠ ਕੇ ਹੀ ਰਿਪਲਾਈ ਕਰਨੇ ਪੈਣਗੇ ਹੈ ਨਾ ਚਲੋ ਜੀ ਚੱਲੀਏ ਬੇਬੇ ਦੇਖਿਓ ਗਾਣਾ ਆ ਰਿਹਾ ਚੁੰਨੀ ਲੋਟ ਕਰਦੀ ਚੁੰਨੀ ਲੋਟ ਕਰਦੀ ਨੇ ਤੱਕ ਵੀ ਲਿਆ ਉਹ ਲੈ ਉਹਨੂੰ ਫੋਨ ਕਰੋ ਬੇ ਧਾਰ ਕੱਢਣ ਦਾ ਟਾਈਮ ਹੋ ਪਿਆ ਘਰੇ ਆ ਜਾ ਜਿਹਨੂੰ ਲੋੜ ਆਪਦੀ ਕੱਢ ਲੈਣਗੇ ਆਪਾਂ ਨੂੰ ਫਿਰ ਉਧਰ ਹੀ ਗੱਡੀ ਚਲੋ ਚੱਲੀਏ ਚਲੋ ਜੀ ਚੱਲੀਏ ਕਿੱਥੇ ਜਾਵਾਂਗੇ ਅੱਜ ਤੁਹਾਨੂੰ ਦੱਸ ਦੇ ਨਹੀਂ ਕਮੈਂਟ ਕਰ ਦਿਓ ਜੇ ਉਹ ਪਹੁੰਚ ਗਏ ਤਾਂ ਦੱਸਾਂਗੇ ਰਸਤੇ 'ਚ ਮੈਂ ਦੱਸ ਦਿਆਂ ਕਿੱਧਰ ਨੂੰ ਜਾਣੇ ਪਰ ਐਂ ਦੱਸ ਦੇ ਜਾਵਾਂਗੇ ਕਿੱਥੇ ਪਾਣੀ ਗੁਰਲੀਨ ਜੀ ਰਸੋਈ 'ਚ ਪਾਣੀ ਲੈ ਕੇ ਆ ਤੇਰੀ ਆਂਟੀ ਫਰੀ ਨੂੰ ਨਾ ਵਿੱਚ ਲੈ ਹਾਂ ਮੈਂ ਤੈਨੂੰ ਬਸ ਪਹਿਲੀ ਦੱਸਦੀ ਚੱਲ करता मैं की खवाए सानू हां कुछ नहीं खवाया थी केक कहंदे हुंदी केक तो खाना ही आगे मेरे ते चीता देख बस और रहोगे अपने घरे ਆਲਰੇਡੀ ਸ ਗੱਡੀ ਫਿਰ ਅਸੀਂ ਚਲਾ ਲਈਏ ਤੁਸੀਂ ਬੰਦ ਕਰ ਲਈ ਉਹ ਅੱਡੀ ਕੋ ਹਾਂ ਚਾਰਜਰ ਲੈ ਲੈ ਮੋਬਾਈਲ ਦੇ ਚਲੋ पला अड के दुआ एहो मंगला मैं अल्लाह दिल दी सुने जे मेरे अखां खोलां
ਦੇਖੋ ਅੱਖਾਂ ਖੋਲਾਂ ਅੱਖਾਂ ਖੋਲਾਂ ਤੇ ਸਾਵੇਂ ਤੂੰ ਹੋਵੇਂ ਜੇ ਮੀਚਾਂ ਤੇ ਸੁਪਨੇ ਤੇਰੇ ਕੇਸਾਂ ਵਿੱਚ ਗੁੰਦਾ ਸੋਹਣੇ ਫੁੱਲ ਮੈਂ ਕਰੀਰਾਂ ਦੇ ਤੇਰੇ ਨਾ ਮੁਕਾਬਲੇ ਕੀ ਸੱਸੀਆਂ ਤੇ ਹੀਰਾਂ ਦੇ ਕੱਲਾ ਕੱਲਾ ਮੈਂ ਪਗਾਉਣਾ ਤੇਰੇ ਨਾਲ ਹਾਨਣੇ ਚਾ ਦਿਲ ਵਿੱਚ ਸਾਂਭੇ ਨੇ ਬਥੇਰੇ ਪੱਲਾ ਲਓ ਜੀ ਆਪਾਂ ਆ ਗਿਆ ਭਿੱਖੀ ਤੇ ਇੱਥੋਂ ਨਾ ਫਰੂਟ ਫਰਾਟ ਲੈਂਦੇ ਹਾਂ ਕੋਈ ਦੇਖ ਕੇ ਕੁਛ ਮੰਮੀ ਨੂੰ ਪੁੱਛਦਿਆਂ ਕੀ ਲੈਣਾ ਗਾ ਦੇਖ ਲੈਣਾ ਜਿਹੜੀ ਚੀਜ਼ ਵਧੀਆ ਲੱਗੀ ਲੈ ਲਾ ਸਾਡਾ ਸ਼ਹਿਰ ਆ ਗਿਆ ਵਿਆਹ ਤੋਂ ਪਹਿਲਾਂ ਅਸੀਂ ਉਰੇ ਆਉਂਦੇ ਹੁੰਦੇ ਸ਼ਹਿਰ ਤੇ ਜੀ ਸ਼ਹਿਰ ਵਧੀਆ ਲੱਗਦਾ ਸੋਹਣਾ ਲੱਗਦਾ ਵਿੱਚ ਕੁਛ ਨਹੀਂ ਹੈ ਹੋਰ ਕੀ ਖਾਣਾ ਥੱਕੇ ਤਾਂ ਪੱਟੀ ਜੀ ਹੁੰਦੀ ਤਿਲਕ ਜਾਂਦਾ ਤੀ ਉਹਨੇ ਤਿਲਕ ਜਾਂਦਾ ਤੀ ਕੋਈ ਨਾ ਉਹਨਾਂ ਵਿੱਚ ਹੀ ਪਿਆ ਵਿੱਚ ਇਹ ਹੁਣ ਉਹ ਪੱਟੀ ਲਾ ਤੀ ਵੀ ਹਾਂ ਲਾ ਤੀ ਮੇਰੇ ਕੱਪੜੇ ਨੰਗੇ ਆ ਦੇਖ ਲੈ ਮੇਰੇ ਸੀਟ ਦੇ ਧਰਤੇ ਉੱਤੇ ਪਏ ਤੈਨੂੰ ਕੁੜਾ ਕੇ ਕਿੰਨਾ ਹੋਇਆ ਸੂਰਜ ਵੀ ਆਪਣੀ ਨਾਲ ਨਾਲ ਛਿਪਦਾ ਜਾਂਦਾ ਨਾਲ 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 ਸਿੱਧੂ ਮੂਸੇ ਵਾਲੇ ਦਾ ਏਰੀਆ ਆ ਗਿਆ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਏਰੀਏ 'ਚ ਵੜ ਗਏ ਭਗਵੰਤ ਮਾਨ ਜੀ ਆਇਆ ਕਰਦਾ ਆਪਣਾ ਬੈਠੇ ਇਹ ਹੈਗਾ ਆ ਕੇ ਜੀ ਆਪਾਂ ਭੈਣੀ ਬਾਗਾ ਬਹੁਤ ਵੱਡਾ ਸਟੇਡੀਅਮ ਆ ਨਾਲ ਹੀ ਹੈਗਾ ਜੀ ਇੱਥੇ ਸੀਨੀਅਰ ਸੈਕੰਡਰੀ ਸਕੂਲ ਬੱਚੇ ਖੇਡ ਰਹੇ ਨੇ ਇਸ ਤਰ੍ਹਾਂ ਦੇ ਸਟੇਡੀਅਮ ਦੀ ਸਕੂਲ ਦੀ ਜ਼ਰੂਰਤ ਹੈ ਪੰਜਾਬ ਨੂੰ ਤਾਂ ਕਿ ਬੱਚੇ ਖੇਡ ਸਕਣ ਹੈ ਨਾ ਆਪਣਾ ਹੁਣ ਤਾਂ ਪੈਸੇ ਲੱਗੇ ਹੋਏ ਨੇ ਬਹੁਤ ਗਵਰਨਮੈਂਟ ਦੇ ਕਿਹੜੇ ਜ਼ਿਲ੍ਹੇ 'ਚ ਆ ਗਿਆ ਸਾਰਾ ਸਟੇਡੀਅਮ ਛੁੜੀਆਂ ਅਜੇ ਆਪਾਂ ਮਾਨਸਾ ਜ਼ਿਲ੍ਹੇ 'ਚ ਆਈਏ ਬਠਿੰਡਾ ਅਜੇ ਸ਼ੁਰੂ ਨਹੀਂ ਹੋਇਆ ਹੈਗਾ ਕਿਹਦਾ ਘਰ ਮੰਮੀ ਦੀ ਮੰਮੀ ਤੇ ਨਾਨਕੇ ਨਹੀਂ ਹੈ ਮੰਮੀ ਤੇ ਸਾਰੀਆਂ ਰਿਸ਼ਤੇਦਾਰੀਆਂ ਇੱਧਰ ਨੂੰ ਉਹਦੀ ਸਿਆਣ ਲਿਆ ਕਹਿੰਦੀ ਨਾ ਇਹ ਮੂਸੇਵਾਲਾ ਜਿੱਥੇ ਦਾ ਚਾਰ ਖਾਨੇ ਨੇ ਭੈਣੀਆਂ ਵੀ ਚਾਰ ਨੇ ਮੰਮੀ ਜੇ ਮਾਨਸਾ ਚਾਰ ਭੈਣੀਆਂ ਚਾਰ ਖਾਨੇ ਮੰਮੀ ਜੇ ਮਾਨਸਾ ਦੇ ਮੂਸੇਵਾਲਾ ਜਿੱਦਾਂ ਇੰਨਾ ਘਣ ਮਾਂਜੇ ਦਾ ਮਾਨਸਾ ਹਾਂ ਮਾਂਜੇ ਦਾ ਮੂਸੇਵਾਲਾ ਕੀ ਜੇਬ ਚੋਂ ਲਾਉਂਦਾ ਜੇ ਬਦਲਣਾ ਹੋਇਆ ਪੰਜਾਬ ਹੁਣ ਬਦਲ ਜੂਗਾ ਜੇ ਹੁਣ ਨਾ ਪੰਜਾਬ ਬਦਲਿਆ ਫਿਰ ਕਦੇ ਨਹੀਂ ਬਦਲਣਾ ਪਹਾੜੀ ਕਿਕਰਾਂ ਦੇਖੀਏ ਤੇ ਆਪਣੇ ਕਿਤੇ ਨਾ ਦੇਖ ਕੇ ਤੇ ਸਾਰੇ ਪਹਾੜੀ ਸਾਡੇ ਪਿੰਡ ਕਈ ਕੁਛ ਪਿੰਡ ਐਸੇ ਨੇ ਜਿੱਥੇ ਪਹਾੜੀ ਕਿਕਰਾਂ ਜ਼ਿਆਦਾ ਹੁੰਦੀਆਂ ਨੇ ਅਰੇ ਪਹਾੜੀ ਕਿਕਰਾਂ ਦੀ ਏਰੀਆ ਚ ਆ ਤਾਂ ਨਹੀਂ ਦੇਸੀ ਕਿਕਰਾਂ ਪਹਾੜੀ ਕਿਕਰਾਂ ਬਹੁਤ ਘੱਟ ਹੁੰਦੀਆਂ ਸਾਡੇ ਪਿੰਡ ਵੀ ਵਾਲੀਆਂ ਹੁੰਦੀਆਂ ਦੀ ਪਹਾੜੀ ਕਿਕਰਾਂ ਇਹਨੂੰ ਤੇ ਪੀੜੇ ਪੀੜੇ ਤੁੱਕੇ ਲੱਗਦੇ ਹੁੰਦੇ ਬਾਹਲੇ ਸਵਾਦ ਲੱਗਦੇ ਉਹ ਜੇ ਪੱਕ ਜਾਂਦੇ ਪੀੜੇ ਤੁੱਕੇ ਇਹਦੀ ਛਾਂ ਬਹੁਤ ਸੰਘਣੀ ਹੁੰਦੀ ਹੈ ਮੈਂ ਸਾਹ ਮੰਨਣੀ ਇਹਨਾਂ ਥੱਲੇ ਦੂਜੀ ਕਿਕਰ ਦੀ ਛਾਂ ਡਿੱਪਲੀ ਹੁੰਦੀ ਹੈ ਆਪਾਂ ਪਹੁੰਚ ਗਏ ਆ ਮੌੜਾਂ ਤੇ ਥੱਕ ਗਏ ਬੈਠੇ ਬੈਠੇ ਹੁਣ ਤਾਂ ਲਾ ਦੋ ਕਿਕਰ ਜੀ ਕਿਆ ਕਿਲੋਮੀਟਰ ਰਹਿ ਗਿਆ ਹੋਰ ਪੰਜ ਹਿਸਾਬ ਕਿਤਾਬ ਲਾ ਲਿਆ ਹੁਣ ਅਸੀਂ ਕਿੱਥੇ ਜਾਂਦੇ ਹਾਂ ਮੌੜਾਂ ਤੋਂ ਅੱਗੇ ਜਾਣਾ 5-7 ਕਿਲੋਮੀਟਰ ਬਸ ਪਹੁੰਚਣ ਵਾਲੀ ਆ 6:30 ਵਜੇ ਗਿਆ ਸੀ ਮਾਸਟਰ ਜੀ ਨੇ 6:30 ਵਜੇ ਲਾ ਦੂਗਾ 6:23 ਹੋ ਗਏ ਉਸ ਟਾਈਮ ਜੀ ਪੈਟਰੋਲ ਪੰਪ ਤੇ ਲੱਗ ਗਿਆ ਹਵਾ ਪਵਾਈ ਫਿਰ ਉੱਥੇ ਟਿੱਕੀ ਫਰੂਟ ਫਰਾਟ ਲਏ ਖਾਣ ਪੀਣ ਲੱਗ ਗਏ ਅਸੀਂ ਥੋੜ੍ਹੇ ਥੋੜ੍ਹੇ ਨਾਲ ਟਾਈਮ ਲੱਗ ਗਿਆ ਥੱਕ ਗਏ ਤਾਂ ਅਸੀਂ ਕਰ ਦਿੱਤਾ ਜੀ ਸੇਤੀ ਕਾਫੀ ਜ਼ਿਆਦਾ ਟਾਈਮ ਹੋ ਗਿਆ ਬੈਠਿਆਂ ਨੂੰ
ਮੈਂ ਰਿਬਨ ਨੇ ਥਕਾ ਦੀ ਮੇਰੀ ਗੋਦੀ ਚ ਮੈਂ ਚੜਿਆ ਬੈਠਾ ਐਡਾ ਵੱਡਾ ਹੁਣ ਇਹ ਬਰਾਬਰ ਦਾ ਹੋਇਆ ਪਿਆਗਾ ਪਹੁੰਚ ਚੁੱਕੇ ਆਪਾਂ ਮੌੜ ਮੌੜ ਮੰਡੀ ਆਪਾਂ ਨੂੰ ਵੀਰ ਕਮੈਂਟ ਕਰਦੇ ਨੇ ਇੱਥੇ ਮੌੜਾਂ ਤੋਂ बहुत ज्यादा ना होंगे जिवें भैनी भूनी मेले दी तैयारियां ने पूरियां रौनकां ने आपां तुहानूं दिखाउने आ काफी ज्यादा पुलिस खड़ी है ते देखो रौनक मेला शुरू हो गया मेला मैसरखाने का हुण लग गया तुहानूं पता आपां पहुंच चुके आ जी मैसरखाने आपां मैसरखाने आए आ ये देखो मेला बड़ा मेला इत मैं पहली बार आई हां मेले हर बार ये फोन कर देंदे बेचारे भी मेले ते आओ पर असीं कदे आए नहीं करदे माई दा मेला भरदा करे जाना जी करे हां जी हां जी बोलो की चाहिंदा कार्ड इना दा कार्ड आधार आधार के ला ला हुण दी कुछ कहंदे आ ओ हेलो इना की पता नहीं मास्टर जी ने फोन ला लिया बाई जी नूं कहने पुलिस वाले ने रामनगर हाय हाय गर्मी गले पासे डेढ़ घंटा हो गया वो अपन बैठे आपां सवा 5 बजे आ गए गड्डी लंगियां ते जांदियां ने आपदा ना मुड़दा होया ओहदे पिछे बैठ के जाई मैं नहीं बिठाउंदी हैगी मेरे तां गोडे दा फिर देता थकाता आ बैठे बैठे मेला बड़ा भरदा ओरे चारे पासे जाम हो गया ने सड़कां अंदर ना गड्डी ला देना लो जी आप उपर आ गया गुरलीन कहनी मामा मेला देखा है तो थोड़ा दिता है मंदिर नूं जिथे झंडी लगे चढ़े जो जमी छोटे गए देख लगे भी क्या एक्सपीरियंस होगा तो टॉप ते ना हुई तो मम्मी ने भीर कह दी मैं इतनी जिन्नी हो सी पौड़ियां जमीन जमीन इट तो भी कट सी
खाली हो गए ना उधर था